शीरा हाँ जी गल करनी आज तेरी की यार गाना करके आई है सांस चढ़िया है गल दसो सांस चढ़िया है हाँ क्योंकि तू संभल गई थी फिर तू मेरी गल सुन रही है हाँ क्यों है अच्छा तेरे सांस चढ़िया है क्यों है ओ यार ओ जरूरी गल है मैं कहना की करनी तो मैं तेरे ने काफी देर कुछ यार हाँ लेकिन टाइम नहीं मिल रहा की वजह बनी दसो वजह है कि यार मैं तेन की कहवा यार आप समझदार है समझे भी करना राजा मेरी पिन्ना तेरी लगी आ मैं नाले नाले चेंज कर ला हां मैं तेरी गल सुननी है तो जरूरी गल गल तो जरूरी है की है उठ बैठ बैठेगी तसल्ली नाल तो फिर ही है ना कि बैठ यार मैं तेनु की दसया वेगी ओ नो यार की बकवास मैं चेंज कर ला मैं चेंज हां दस तू अपनी गल करता रहे ना की गल है मैं और गायब होता गल करता रहा मेरे सामने से आएगी नहीं नहीं तो फिर क्यों है तू मैं दस की कहना मैं ਇਹਨੇ ਸਾਰੇ ਕੱਪੜੇ ਪਾ ਕੇ ਜਾਣਾ ਯਕੀਨ ਕਰ ਮੈਂ ਕਹਿੰਦੀ ਮੇਰਾ ਵੀ ਕੋਈ ਬੰਦਾ ਹੋਵੇ ਮੈਨੂੰ ਐ ਸ਼ਾਪਿੰਗ ਕਰਾਏ ਮੇਰਾ ਤੇ ਰੂਹ ਰਾਜ਼ੀ ਹੋ ਜੇ ਬਸ ਫਿਰ ਜ਼ਿਆਦਾ ਦਿਨ ਨਹੀਂ ਗਏ ਟੈਨਸ਼ਨ ਨਾ ਲੈ ਜ਼ਿਆਦਾ ਦਿਨ ਨਹੀਂ ਹੈ ਦੁਆ ਕਰ ਤੇ ਤੂੰ ਤੇ ਮੇਰਾ ਯਾਰ ਦੋਸਤ ਹੈ ਮੈਂ ਦੁਆ ਕੀ ਮੈਂ ਨਾਲ ਪ੍ਰੈਕਟੀਕਲ ਕਰਾਂਗਾ ਤੂੰ ਦੁਆ ਕਰ ਪ੍ਰੈਕਟੀਕਲ ਕੀ ਮਤਲਬ ਹੈ ਪ੍ਰੈਕਟੀਕਲ ਕੀ ਮਤਲਬ ਮੈਂ ਦੁਆਏ ਕਰਨੀ ਤੇ ਮੈਂ ਕਿਸੇ ਹੋਰ ਲਈ ਕਰਨੀ ਮੈਂ ਆਪਣੇ ਲਈ ਕਿਉਂ ਨਾ ਕਰਾਂ ਆਪਣੇ ਲਈ ਕੀ ਮਤਲਬ ਮੈਂ ਆਪਣੇ ਕੋਈ ਖਾਮਨ ਦੀ ਗੱਲ ਕਰ ਰਹੀ ਕਿ ਕੋਈ ਮੇਰੀ ਜ਼ਿੰਦਗੀ ਚ ਆਏ ਮੇਰੀ ਤਾਂ ਜ਼ਿੰਦਗੀ ਬਣਾਏ ਕਸਾ ਨਾ ਕੰਮ ਕਰ ਕਰਕੇ ਥੱਕ ਗਈ ਹੁਣ ਮੈਂ ਹੈ ਨਾ ਹਾਂ ਮੈਂ ਵੀ ਇਹ ਸੋਚ ਰਿਹਾ ਸੀ ਵਾਕਈ ਯਾਰ ਬਹੁਤ ਟਾਈਮ ਹੋ ਗਿਆ ਹੋਰ ਕੀ ਟਾਈਮ ਹੋ ਗਿਆ ਯਾਰ ਇੱਕ ਅਰਸਾ ਹੋ ਗਿਆ ਕੰਮ ਕਰਦੇ ਹੈ ਨਾ ਲੇਕਿਨ ਇਹ ਹੈ ਗੱਲ ਹਾਂ ਪਬਲਿਕ ਦੀ ਬੜੀ ਮਿਹਰਬਾਨੀ ਹਲੇ ਤੱਕ ਸਾਨੂੰ ਪਿਆਰ ਕਰਦੀ ਤੈਨੂੰ ਵੀ ਮੈਨੂੰ ਵੀ ਨਹੀਂ ਉਹ ਅੱਲਾ ਦਾ ਯਾਰ ਇਹ ਕਰਮ ਇਹ ਸਾਡੇ ਤੇ ਖਾਸ ਕਰਮ ਹੈ ਉਹਦੀ ਜ਼ਾਤ ਦਾ ਤੇਰੀ ਮੇਰੀ ਜੋੜੀ ਬੜੀ ਮਿਲਦੀ ਹੈ ਅਲਹਮਦੁਲਿਲਾ ਇਹ ਪਤਾ ਮੈਂ ਇਹ ਦੁਆ ਕਰ ਰਹੀ ਸੀ ਕਿ ਯਾਰ ਇਹ ਜੋੜੀ ਨਾ ਇੰਜ ਹੀ ਰਵੇ ਆਮੀਨ ਇਕੱਠੇ ਡਰਾਮਾ ਕਰਦੇ ਰਹਾਂਗੇ ਸੋਨੇ ਨਹੀਂ ਡਰਾਮਾ ਤਾਂ ਖੈਰ ਸੀ ਤਾਂ ਮੁੱਕ ਵੀ ਜਾਂਦਾ ਯਾਰ ਡਰਾਮੇ ਦੀ ਤਾਂ ਖੈਰ ਬੰਦਾ ਡਰਾਮਾ ਤੇ 2.5 ਘੰਟੇ ਦਾ ਇਕੱਠੇ ਉਹਦੇ ਬਾਅਦ ਸੋਨੇ ਵੱਖ ਜਾਂਦੇ ਹਾਂ ਹਾਂ ਡਰਾਮਾ ਮੁੱਕ ਜਾਂਦਾ ਤੇ ਕੀ ਹੋਇਆ ਕੀ ਹੈ ਮੈਂ ਚਾਹ ਰਿਹਾ ਕਿ ਡਰਾਮਾ ਮੁੱਕੇ ਨਾ ਯਾਰ ਤੇ ਨਹੀਂ ਅਗਲਾ ਵੀਕ ਸ਼ਾਇਦ ਮੈਂ ਆਊਟਡੋਰ ਕਿਧਰੇ ਹੋਵਾਂ ਤੇ ਇਸ ਲਈ ਤੇ ਮੈਂ ਬਕਵਾਸ ਕਰ ਰਿਹਾ ਕਿ ਮੈਂ ਕੋਈ ਗੱਲ ਕਰਨੀ ਤੇਰਾ ਪਤਾ ਨਹੀਂ ਨਾ ਇੱਕ ਸਕਿੰਟ ਬਸ ਲਾਸਟ ਰਹਿ ਗਿਆ ਹੋਏ ਸ਼ੁਕਰ ਹੈ ਕੱਪੜੇ ਪਾਏ ਗਏ ਉਹ ਤਾਂ ਲੱਗ ਰਿਹਾ ਅੰਦਰ ਦੁਕਾਨ ਸੈੱਟ ਕਰ ਰਹੀ ਸੀ ਦਾ ਕੋਈ ਚੇਂਜ ਨਹੀਂ ਕਰ ਰਹੀ ਇਹ ਨਾ ਸਮਾਨ ਮੈਂ ਕਿ ਦੁਕਾਨ ਸੈੱਟ ਕਰ ਰਹੀ ਅੰਦਰ ਹੋਏ ਸ਼ੁਕਰ ਹੈ ਵਰਤੀ ਕੜਾ ਜੇ ਤੇ ਕੁਝ ਨਜ਼ਰ ਤੇ ਨਹੀਂ ਆਂਦਾ ਸਰਾਗ ਉਹ ਨਹੀਂ ਲੱਗ ਰਿਹਾ ਆਵੇ ਛੋਟਾ ਜਿੰਨਾ ਸਰਾਗ ਤੋਂ ਤਾਂ ਝਾਤੀਆਂ ਮਾਰਦਾ ਹੈਗਾ ਇਹ ਤੋਂ ਆਪਣੇ ਮਾਨ ਅੱਜ ਹੀ ਨਜ਼ਰ ਆਂਦਾ ਤੈਨੂੰ ਸੀਰੀਅਸ ਨਜ਼ਰ ਆਂਦਾ ਉਹ ਖੁਰਦਬੀਨ ਇੱਥੇ ਲੱਗੇ ਸੁਰਾਗ ਝੂਟਾ ਜੇ ਏ ਵੇਖਾ ਤੂੰ ਆਪਣੀ ਮਾਨੀ ਕੁਰਾਨੀ ਦੱਸ ਇੰਨੇ ਜੇ ਨਜ਼ਰ ਨਹੀਂ ਆਂਦਾ ਲੱਸੀ ਰੋ ਨੂੰ ਕਸਮ ਚਗਾ ਲੈ ਇਹ ਸੁਰਾਗ ਤੋਂ ਸਿਰਫ ਤੇਰਾ ਕੋ ਤੂੰ ਖਾ ਕਸਮ ਕਿ ਨਹੀਂ ਵੇਖਿਆ ਉਹ ਰੈਡ ਜਿਹਾ ਤੇਰਾ ਲਾਚਾ ਇਹ ਨਜ਼ਰ ਆ ਰਿਹਾ ਹਾਂ ਬਸ ਓਏ ਲਾ ਮੈਂ ਤਾਂ ਸਾਰੇ ਕੱਪੜੇ ਬਗੈਰ ਤਾਂ ਤਾਰੇ ਸੀ ਔਰ ਮੇਰੀ ਜੁੱਤੀ ਦੇ ਉਹ ਸ਼ੂਜ਼ ਦੇ ਖਰਾਬ ਪਾਗਲ ਤੇ ਨਹੀਂ ਹਾਂ ਦੱਸ ਕੀ ਹੋਇਆ ਨਾਲ ਨਾਲ ਜੁੱਤੀ ਪਾ ਲੈਣਾ ਅੱਛਾ ਜੀ ਦੌੜ ਲਈ ਉਹ ਨਹੀਂ ਯਾਰ ਠੰਡ ਲੱਗ ਜਾਏਗੀ ਕਰ ਦੌੜਨ ਤੇ ਹੁਣ ਮੈਂ ਤੈਨੂੰ ਨਹੀਂ ਦਿੰਦਾ ਕਿਉਂ ਕੀ ਹੋਇਆ ਉਹ ਹੋਣਾ ਸੀ ਹੋ ਗਿਆ ਹਾਂ ਅੱਛਾ ਸ਼ੀਦਾ ਤੈਨੂੰ ਪਤਾ ਵੀਜ਼ਾ ਯਾਰ ਲੱਗ ਗਿਆ ਤੇ ਮੈਂ ਨਾ ਇਹ ਚਾਹ ਰਿਹਾ ਕਿ
ਬੜੀ ਦੇਰ ਹੋ ਗਈ ਸਾਨੂੰ ਇਕੱਠੇ ਵੈਸੇ ਕੰਮ ਸ਼ੰਮ ਕਰਦੇ ਸਾਨੂੰ 11 12 ਸਾਲ ਹੋ ਗਏ ਨੇ ਇਕੱਠੇ ਜ਼ਿਆਦਾ ਹੋ ਗਏ ਨੇ ਜਨਾਬ ਸੋਚੋ ਜ਼ਰਾ ਪਹਿਲਾਂ ਛੋਟੀ ਜਿੰਨੀ ਤੇਰੇ ਹੱਥਾਂ 'ਚ ਆ ਕੇ ਮੈਂ ਉੱਥੇ ਵੱਡੀ ਹੋ ਗਈ ਹਾਂ ਹਨਾ ਫੋਨ ਕੀ ਹੈ ਚਾ ਚੇਂਜ ਤੇ ਗੱਲ ਨਹੀਂ ਤੇਰੀ ਭੈਣ ਨਿਕਲ ਜਾਂਦੀ 1 ਮਿੰਟ ਕੌਣ ਨੇ ਮਿੰਟ ਨਹੀਂ ਲਾਂਦੇ ਯਾਰ ਕੌਣ ਨੇ बर्दाश्त करनी पे गल पता की मैं चाहना कि तू मेरे नाल जाए यार मेरा वीजा नहीं लगा पहले यूके का वीजा लग गया हूं नहीं लग गया नहीं लगा ना नहीं मेरी रिस्पांसिबिलिटी है मैं लवा लूंगा तो तुसी तो मैं सुनया माशाल्लाह 5 साल ले जा रहे जी 5 साल तो बच्चे पीछे बच्चे यार तू टेंशन ना ले हां बच्चे का कुछ करके जाऊंगा इस 5 साल का तो अपना वीजा पक्का करवा के नाल बच्चे बुला ले आसा आसा बीवी नहीं बुला ले लेकिन मैं तो फिर छोड़ देंगे फिर बच्चों का ने क्यों छोटे छोटे तेन पता सियाने तू चक्कर जरूर लाने चक्कर ला लेगा चक्कर तू रह मैं भी की अपना कार बार छाड़ के किसे रह गए तेरे अपने बच्चे तो मेरे को छाड़ जा नहीं यार मैं पता की चाह रहा है तू मेरे बच्चे को रह समझ आई गल दी नहीं यार पागल ना हां की है मैं चाह रहा है कि शीदा सी दोनों करिए निकाह हैं ना कर यार यार भी हो यार यार मजाक तो मेरी रियली आई स्वेयर बाय गॉड मैं सीरियस हूं यार अच्छा तेरा मतलब है मैं पीछे तेरे बच्चे संभाला एग्जैक्टली राइट खर्चा की दिया करेंगे महीने का खर्चा मेरे जान वो तू टेंशन नहीं लेनी जिन्ना तू कहे उधर ना 20,000 ऊपर होएगा 20,000 ऊपर तो वैसे मैंने कह दे मजाक से ना करो निकाह कर ले यार बेवकूफ तेरी तो मैं तेरे की कहवा के तू मजे के वैसे आ करी जा ये ठीक नहीं मैं तेरी इज्जत करनी है यकीन कर मैं तेरी ब्याह तो बहुत बहुत करांगा तू मेरी कुछ भी नहीं करना तो बस मैं देखिए तेरे बच्चे सोने ने तू नहीं सोना है माशाल्लाह तू मेरे बच्चे को रह रहा मैं तो बाहर होगा चला मैं कहता झूठ ना बोल ओ यार मजाक नहीं कर ओ पागल दी पुत्र मुझे मजाक कर रहे तू सही कर पुत्र हाथ भी फड़ी जा रहे यार तू गल करूंगी अच्छा ये मैं ये दस के गल मजाक सुन ली फिर मैं दस नहीं मेरे ही दिल की इज्जत है तेरे वास्ते लेकिन आज तक मैं तेरे वास्ते कभी सोच नहीं सोची तेरे दिल में इज्जत है ना हां बहुत ज्यादा मेरे कार से तेरी जगह दिल से है ही है मैं सुन नहीं आया नहीं आया गलत नहीं सुन ओ नहीं यार सीधा मजाक नहीं मजाक पागल है मैं शादीशुदा ना हूं शादी करके बैठ जा एदा मतलब है कल तेरे बच्चे बड़े होंगे ना तो ब्याह हो जाएगा मैं पूरी डायरेक्ट नानी बन जा डायरेक्ट दादी बन जा तू डायरेक्ट ना बनी ना मैं तुझे साल ठहर के दादा यार वो तो दादी फड़ गई तो दादी बन मैं तो उसे काम नहीं कर सकता तेरा मेरा प्रॉमिस तलवारा जा बेस्ट ऑफ लक मैं दुआ करांगी तो मैं परेशान हो गई ना जाना चाह रहा है कि नहीं कि मैं बाहर जाएगा हैं एंड करी नहीं दाल से पूरे खोल के बाहर सो जा ठीक है छोड़ दे क्योंकि मैं तेरे इज्जत करनी है तुम मेरे कड़े ग्राह वाले गया लोगों ने मुझे ऐसे जाइए ਜ਼ਰੂਰੀ ਨਹੀਂ ਹੈ ਕਿ ਅਸੀਂ ਅੱਛੇ ਦੋਸਤ ਅਤੇ ਸਾਰਾ ਕੰਮ ਕਰਨਾ ਅੱਛੇ ਭੈਣ ਭਰਾ ਵੀ ਬਣ ਸਕੀਏ ਕੋਲ ਤੂੰ ਤੇ ਮੈਂ ਸ਼ਾਬਾਸ਼ ਚੱਲ ਅੱਛਾ ਉਹ ਨਾ ਯਾਰ ਬਕਵਾਸ ਓਏ ਚੱਲ ਪਾਗਲ ਸਾਰੇ ਬੂਟ ਦਾ ਸਾਰੇ ਲੱਗਿਆ ਚ ਨਹੀਂ ਮੈਂ ਰੱਖਣਾ ਚਾਹੀਦੀ ਮੈਂ ਨਹੀਂ ਵਿਆਹ ਕਰ ਸਕਦੀ ਮੇਰਾ ਸਿਸਟਮ ਕਿਧਰ ਹੋ ਚੱਲ ਰਿਹਾ ਤੇ ਮੈਂ ਉੱਥੇ ਵਿਆਹ ਕਰਨਾ ਤੂੰ ਸਿਸਟਮ ਚਲਾਈਏ ਮੈਂ ਤੈਨੂੰ ਰੋਕ ਰਿਹਾ ਚੱਲ ਜੀ ਤੇਰੇ ਮਜ਼ਾਕ ਤੇ ਪਈ ਯਾਰ ਹੈ ਉਹ ਮਜ਼ਾਕ ਨਹੀਂ ਕਰ ਰਿਹਾ ਕਸਮ ਵਾਲੀ ਗੱਲ ਸੀ ਯਾਰ
ਆਲੂ ਵਾਲੀ ਕੱਲ ਸਹੀ ਹੋ।